ਪ੍ਰੋਗਰਾਮ ਪ੍ਰਾਈਮ ਹਿਸਟਰੀ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਪਿਆਰੇ ਦਰਸ਼ਕੋ, ਸ਼ਹੀਦ ਭਗਤ ਸਿੰਘ ਸਾਡਾ ਅਥਾਹ ਪਿਆਰਾ ਲੋਕ ਨਾਇਕ ਹੈ ਅਤੇ ਇਸ ਦੀਆਂ ਜਿੰਨੀਆਂ ਵੀ ਗੱਲਾਂ ਕਰੀਏ ਥੋੜ੍ਹੀਆਂ ਲੱਗਦੀਆਂ ਨੇ। ਕਦੇ ਕਦੇ ਕੋਈ ਨਵੀਂ ਗੱਲ ਲੱਭ ਜਾਵੇ ਅਤੇ ਫਿਰ ਸੋਚੀਦਾ ਹੈ ਕਿ ਇਹ ਵੀ ਤੁਹਾਡੇ ਨਾਲ ਸਾਂਝੀ ਕਰ ਲਈ ਜਾਵੇ। ਅਤੇ ਅੱਜ ਦੇ ਪ੍ਰੋਗਰਾਮ ਵਿੱਚ ਦਿਲ ਕੀਤਾ ਕਿਉਂ ਨਾ ਤੁਹਾਡੇ ਨਾਲ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਬਾਰੇ ਗੱਲ ਕੀਤੀ ਜਾਵੇ। ਵੇਖਿਆ ਜਾਵੇ ਤਾਂ ਸਾਡੇ ਕੋਲ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਕੁੱਲ 4 ਹੀ ਅਸਲੀ ਤਸਵੀਰਾਂ ਨੇ। ਇੱਕ ਤਸਵੀਰ ਤਾਂ ਉਹਦੇ ਬਚਪਨ ਵੇਲੇ ਦੀ ਹੈ ਜਿਸ ਵਿੱਚ ਭਗਤ ਸਿੰਘ ਦੇ ਹੱਥ ਵੀ ਦਿਸਦੇ ਨੇ। ਇਹ ਤਸਵੀਰ ਤੁਸੀਂ ਪਿੱਛੇ ਵੇਖ ਸਕਦੇ ਹੋ। ਅਤੇ ਫਿਰ ਉਸ ਤੋਂ ਬਾਅਦ ਦੂਸਰੀ ਤਸਵੀਰ ਨੈਸ਼ਨਲ ਕਾਲਜ ਲਾਹੌਰ ਦੀ ਡਰਾਮਾ ਕਲੱਬ ਦੀ ਗਰੁੱਪ ਫੋਟੋ ਵਿੱਚੋਂ ਖਾਸ ਤੌਰ 'ਤੇ ਫੋਕਸ ਕਰਕੇ ਕੱਢੀ ਗਈ ਟੋਰੇ ਵਾਲੀ ਪੱਗ ਵਾਲੀ ਹੈ। ਸੋ ਇਸ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਗਤ ਸਿੰਘ ਨੇ ਸਫੈਦ ਯਾਨੀ ਕਿ ਚਿੱਟੇ ਰੰਗ ਦੀ ਪਗੜੀ ਬੰਨ੍ਹੀ ਹੋਈ ਹੈ। ਦਰਅਸਲ ਭਗਤ ਸਿੰਘ ਨਾਟਕ ਖੇਡਣ ਦਾ ਸ਼ੌਕੀਨ ਸੀ ਔਰ ਨਾਟਕ ਖੇਡ ਕੇ ਆਪਣੀ ਅਦਾਕਾਰੀ ਰਾਹੀਂ ਆਪਣਾ ਸੁਨੇਹਾ ਵੀ ਲੋਕਾਂ ਤੱਕ ਪਹੁੰਚਾਉਂਦਾ ਰਿਹਾ ਸੀ। ਅਤੇ ਉਸ ਤੋਂ ਬਾਅਦ ਤੀਜੀ ਤਸਵੀਰ, ਇਹ ਤੀਜੀ ਤਸਵੀਰ ਉਸ ਵੇਲੇ ਦੀ ਹੈ ਜਦੋਂ ਦੁਸਹਿਰਾ ਬੰਬ ਕਾਂਡ ਵੇਲੇ ਉਸਨੂੰ ਪੁੱਛਗਿੱਛ ਲਈ ਗ੍ਰਿਫਤਾਰ ਕੀਤਾ ਗਿਆ ਸੀ। ਅਤੇ ਇਸ ਤਸਵੀਰ ਵਿੱਚ ਪੁਲਿਸ ਹਿਰਾਸਤ ਵਿੱਚ ਭਗਤ ਸਿੰਘ ਮੰਜੀ ਉੱਤੇ ਬੈਠਾ ਹੈ, ਹੱਥਾਂ ਨੂੰ ਹੱਥਕੜੀ ਲੱਗੀ ਹੋਈ ਹੈ। ਅਤੇ ਫਿਰ ਦੋਸਤੋ, ਇਸ ਤੋਂ ਬਾਅਦ ਅਖੀਰਲੀ ਤਸਵੀਰ, ਇਹ ਤਸਵੀਰ ਹੈ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਟੋਪ ਵਾਲੀ, ਸਭ ਤੋਂ ਵੱਧ ਮਕਬੂਲ ਟੋਪ ਵਾਲੀ ਤਸਵੀਰ। ਅਤੇ ਇਹ ਤਸਵੀਰ ਬਹੁਤ ਮਸ਼ਹੂਰ ਹੈ। ਅਤੇ ਅੱਜ ਖਾਸ ਤੌਰ 'ਤੇ ਆਪਾਂ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਦੋ ਤਸਵੀਰਾਂ ਦੀ ਅਸਲੀਅਤ ਬਾਰੇ ਗੱਲਬਾਤ ਕਰਨੀ ਹੈ। ਲਓ ਜੀ, ਪਹਿਲਾਂ ਮੰਜੇ ਉੱਤੇ ਬੈਠੇ ਭਗਤ ਸਿੰਘ ਵਾਲੀ ਤਸਵੀਰ ਦੀ ਗੱਲ ਕਰਦੇ ਹਾਂ। ਭਗਤ ਸਿੰਘ ਦੀ ਟੋਪ ਵਾਲੀ ਤਸਵੀਰ ਵਾਂਗ ਇਹ ਬਹੁਤ ਹੀ ਪ੍ਰਚਲਿਤ ਤਸਵੀਰ ਹੈ ਜੋ ਅਨੇਕਾਂ ਥਾਈਂ ਰਸਾਲਿਆਂ, ਅਖਬਾਰਾਂ ਅਤੇ ਹੋਰ ਪੁਸਤਕਾਂ ਵਿੱਚ ਛਪ ਚੁੱਕੀ ਹੈ ਅਤੇ ਲਗਭਗ ਹਰ ਕਿਸੇ ਨੇ ਵੇਖੀ ਹੋਈ ਹੈ। ਤੁਸੀਂ ਵੇਖ ਸਕਦੇ ਹੋ ਕਿ ਬਾਂਸ ਦੀ ਚੁਗਾਠ ਵਾਲੀ ਵਾਣ ਦੀ ਇੱਕ ਢਿੱਲੀ ਜਿਹੀ ਮੰਜੀ ਉੱਤੇ ਭਗਤ ਸਿੰਘ ਬੈਠਾ ਹੈ, ਹੱਥ ਵਿੱਚ ਹੱਥਕੜੀ ਹੈ ਅਤੇ ਜਿਸ ਦਾ ਲੰਬਾ ਸੰਗਲ ਉਹਦੇ ਗੋਡੇ ਦੇ ਪੱਟ ਉੱਤੇ ਪਿਆ ਹੈ। ਉਹਦਾ ਸੱਜਾ ਹੱਥ ਇਸ ਸੰਗਲ ਨਾਲ ਬੇਧਿਆਨੀ ਖੇਡ ਰਿਹਾ ਹੈ ਅਤੇ ਨੰਗੇ ਸਿਰ ਦੇ ਵਿਚਕਾਰ ਢਿੱਲਾ ਜਿਹਾ ਜੂੜਾ ਅਤੇ ਗਰਦਨ ਉੱਤੇ ਵਾਲ ਖਿੰਡੇ ਹੋਏ ਨੇ। ਲੂਈ ਦਾੜੀ ਅਤੇ ਫੁੱਟ ਦੀ ਮੁੱਛ ਜਿੰਨੀ 19-20 ਸਾਲ ਦੇ ਗੱਭਰੂ ਦੀ ਹੁੰਦੀ ਹੈ। ਲੱਤਾਂ ਅਤੇ ਪੈਰ ਨੰਗੇ ਨੇ, ਜੁੱਤੀ ਕਿਤੇ ਪਰੇ ਪਈ ਹੋਈ ਹੈ, ਦਿਖਾਈ ਨਹੀਂ ਦਿੰਦੀ ਅਤੇ ਵੱਟੋ ਵੱਟ ਹੋਇਆ ਮੈਲਾ ਖੁੱਲ੍ਹੇ ਲਮਕਦੇ ਕਫਾਂ ਅਤੇ ਮੈਲੇ ਕਾਲਰਾਂ ਵਾਲਾ ਕਮੀਜ਼ ਜੋ ਸੱਜੇ ਮੋਢੇ ਤੋਂ ਹੇਠਾਂ ਪਾਟਿਆ ਹੋਇਆ ਹੈ। ਅਤੇ ਉਸ ਤੋਂ ਪਿੱਛੇ ਪੱਕੀਆਂ ਇੱਟਾਂ ਦੀ ਕੰਧ ਹੈ ਅਤੇ ਭਗਤ ਸਿੰਘ ਖੱਬੇ ਵੱਲ ਨੂੰ ਮੂੰਹ ਕਰਕੇ ਬੈਠਾ ਹੋਇਆ ਹੈ, ਜਿਵੇਂ ਕਿਸੇ ਦੇ ਨਾਲ ਗੱਲ ਕਰ ਰਿਹਾ ਹੋਵੇ। ਔਰ ਬਿਲਕੁਲ ਜੀ, ਉਹ ਕਿਸੇ ਦੇ ਨਾਲ ਗੱਲ ਕਰ ਰਿਹਾ ਹੈ। ਕੌਣ ਹੈ ਉਹ? ਅਤੇ ਆਓ ਪਹਿਲਾਂ ਆਪਾਂ ਇਸੇ ਤਸਵੀਰ ਦਾ ਰਹੱਸ ਜਾਣਦੇ ਹਾਂ, ਕਿਉਂਕਿ ਇਹ ਤਸਵੀਰ ਅਸੀਂ ਬਚਪਨ ਤੋਂ ਵੇਖਦੇ ਆਏ ਹਾਂ ਔਰ ਸ਼ਹੀਦੇ ਆਜ਼ਮ ਦੀਆਂ ਅਸਲ ਤਸਵੀਰਾਂ ਦੀ ਹਕੀਕਤ ਵਿੱਚ, ਇਸ ਤਸਵੀਰ ਦੀ ਜਿਹੜੀ ਹਕੀਕਤ ਹੈ ਅੱਜ ਦੇ ਪ੍ਰੋਗਰਾਮ ਦੇ ਵਿੱਚ, ਪਹਿਲਾਂ ਆਪਾਂ ਸ਼ੁਰੂਆਤ ਜਿਹੜੀ ਆ ਉਹ ਇੱਥੋਂ ਹੀ ਕਰਦੇ ਹਾਂ। ਦਰਅਸਲ ਇਸ ਹਕੀਕਤ ਨੂੰ ਪ੍ਰਸਿੱਧ ਲੇਖਕ ਸਰਦਾਰ ਗੁਰਬਚਨ ਸਿੰਘ ਭੁੱਲਰ ਨੇ ਬਿਆਨ ਕੀਤਾ ਹੈ। ਪੁਰਾਣੀ ਗੱਲ ਹੈ, ਇੱਕ ਦਿਨ ਗੁਰਬਚਨ ਸਿੰਘ ਭੁੱਲਰ ਆਪਣੇ ਮਿੱਤਰ ਪਰਿਵਾਰ ਨੂੰ ਮਿਲਣ ਗਿਆ ਤਾਂ ਪਰਿਵਾਰ ਦੇ ਬਜ਼ੁਰਗ ਭਾਈਆ ਜੀ ਜਿਹੜੇ ਸੀ
ਉਹ ਮਿਲਖਾ ਸਿੰਘ ਨਿੱਜਰ ਉਹਨਾਂ ਦਾ ਨਾਂ ਸੀ ਅਤੇ ਉਹਨਾਂ ਦੇ ਹੱਥਾਂ ਦੇ ਵਿੱਚ ਇੱਕ ਪੰਜਾਬੀ ਮੈਗਜ਼ੀਨ ਸੀ, ਪੰਜਾਬੀ ਰਸਾਲਾ ਸੀ ਅਤੇ ਉਸ ਵਿੱਚ ਭਗਤ ਸਿੰਘ ਦੀ ਇਸ ਤਸਵੀਰ ਦੇ ਨਾਲ ਇੱਕ ਲੇਖ ਛਪਿਆ ਹੋਇਆ ਸੀ। ਉਸ ਵਿੱਚ ਇਹ ਸ਼ਬਦ ਲਿਖੇ ਹੋਏ ਸੀ ਕਿ ਇਹ ਤਸਵੀਰ ਕਿਸੇ CID ਦੇ ਬੰਦੇ ਨੇ ਭਗਤ ਸਿੰਘ ਦੇ ਪਰਿਵਾਰ ਨੂੰ ਲਿਆ ਕੇ ਦਿੱਤੀ ਹੈ। ਲਓ ਜੀ, ਭਾਈਆ ਜੀ ਨੇ ਘਰ ਅੰਦਰ ਪੈਰ ਰੱਖਦਿਆਂ ਹੀ ਗੁਰਬਚਨ ਸਿੰਘ ਭੁੱਲਰ ਨੂੰ ਪੂਰੇ ਗੁੱਸੇ ਨਾਲ ਕਿਹਾ, ਆਹ ਵੇਖ ਤੇਰੇ ਰਸਾਲਿਆਂ ਵਾਲੇ ਕੀ ਲਿਖੀ ਜਾਂਦੇ ਨੇ। ਦਰਅਸਲ ਦੋਸਤੋ, ਕਿਉਂਕਿ ਉਹ ਭਾਈਆ ਜੀ ਆਪ ਸੁਤੰਤਰਤਾ ਸੰਗਰਾਮੀਏ ਤਾਮਰ ਪੱਤਰ ਵਿਜੇਤਾ ਸੀ ਅਤੇ ਗੁਰਬਚਨ ਸਿੰਘ ਭੁੱਲਰ ਨੇ ਉਹਨਾਂ ਦੇ ਦੱਸੇ ਵਾਕ ਨੂੰ ਰਸਾਲੇ ਵਿੱਚੋਂ ਪੜ੍ਹ ਕੇ ਸਵਾਲੀਆਂ ਨਜ਼ਰਾਂ ਉਹਨਾਂ ਦੇ ਚਿਹਰੇ 'ਤੇ ਗੱਡ ਦਿੱਤੀਆਂ। ਉਹ ਆਪਣੇ ਬੋਲਾਂ ਵਿੱਚ ਗੁੱਸੇ ਦੇ ਨਾਲ ਹੀ ਮਾਣ ਭਰ ਕੇ ਕਹਿਣ ਲੱਗੇ, ਪਤਾ ਹੀ ਇਸ ਤਸਵੀਰ ਦੀ ਇੱਕੋ ਇੱਕ ਕਾਪੀ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਰਿਵਾਰ ਨੂੰ ਕਿਸ ਨੇ ਦਿੱਤੀ ਜਿੱਥੋਂ ਇਹ ਤਸਵੀਰ ਅੱਗੇ ਪ੍ਰਚਲਿਤ ਹੋਈ? ਉਹ ਭੁੱਲਰ, ਇਹ ਤਸਵੀਰ ਮੈਂ ਹੀ ਦਿੱਤੀ ਸੀ ਉਸ ਪਰਿਵਾਰ ਨੂੰ, ਪਰ ਇਹ ਰਸਾਲਿਆਂ ਵਾਲੇ ਕਿ ਇਹ ਤਸਵੀਰ CID ਨੇ ਦਿੱਤੀ ਹੈ, ਇਹ ਲਿਖੀ ਜਾਂਦੇ ਨੇ। ਲਓ ਜੀ, ਗੁਰਬਚਨ ਸਿੰਘ ਭੁੱਲਰ ਦੀ ਉਤਸੁਕਤਾ ਵਧਣੀ ਸੁਭਾਵਿਕ ਸੀ। ਭੁੱਲਰ ਹੋਣਾ ਨੇ ਪਰੇ ਪਈ ਕੁਰਸੀ ਖਿੱਚ ਕੇ ਭਾਈਆ ਜੀ ਦੀ ਕੁਰਸੀ ਦੇ ਨੇੜੇ ਕਰਦਿਆਂ ਕਿਹਾ ਕਿ ਅਖਬਾਰਾਂ ਰਸਾਲਿਆਂ ਦਾ ਕੀ ਹੈ ਭਾਈਆ ਜੀ, ਜੋ ਕੁਝ ਕੋਈ ਲਿਖ ਕੇ ਭੇਜ ਦਿੰਦਾ ਏ ਉਹੀ ਛਾਪ ਦਿੰਦੇ ਨੇ, ਪਰ ਤੁਸੀਂ ਇਸ ਤਸਵੀਰ ਦੀ ਕਹਾਣੀ ਸੁਣਾਓ ਕਿ ਇਸ ਦੀ ਅਸਲੀਅਤ ਕੀ ਹੈ ਅਤੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਇਹ ਤਸਵੀਰ ਤੁਹਾਨੂੰ ਕਿੱਥੋਂ ਮਿਲੀ? ਲਓ ਜੀ, ਉਹ ਇਹ ਕਹਿੰਦੇ ਹੋਏ ਕੁਰਸੀ ਤੋਂ ਉੱਠ ਖੜੋਤੇ, ਕਹਿੰਦੇ ਭੁੱਲਰ, ਇਹ ਤਸਵੀਰ ਤਾਂ ਅਸਲ ਵਿੱਚ ਅੱਧੀ ਹੈ, ਪਹਿਲਾਂ ਮੈਂ ਤੈਨੂੰ ਪੂਰੀ ਲਿਆ ਕੇ ਵਿਖਾ ਦਿੰਦਾ। ਲਓ ਜੀ, ਅਤੇ ਉਹ ਅੰਦਰੋਂ ਰੁਮਾਲ ਵਿੱਚ ਬੱਝੀ ਹੋਈ ਕਾਪੀਆਂ ਦੀ ਇੱਕ ਪੋਟਲੀ ਲੈ ਕੇ ਆਏ। ਇਸ ਵਿੱਚ ਕੈਮਰੇ ਦੀ ਲਾਹੀ ਹੋਈ ਅਸਲ ਤਸਵੀਰ ਸੀ। ਪੂਰੀ ਤਸਵੀਰ ਵਿੱਚ ਭਗਤ ਸਿੰਘ ਦੇ ਜੂੜੇ ਦੀ ਸਿਹਤ ਤੱਕ ਟੀਪ ਕੀਤੀ ਹੋਈ ਕੰਧ ਹੈ ਅਤੇ ਇਸ ਤੋਂ ਉੱਪਰਲੀ ਕੰਧ ਦੀਆਂ ਇੱਟਾਂ ਬਿਨਾਂ ਟੀਪ ਤੋਂ ਸੱਖਣੀਆਂ ਵਿਖਾਈ ਦਿੰਦੇ ਆ ਔਰ ਚੌਂਕੜੇ ਦੀ ਬੁਣਤੀ ਵਿੱਚ ਬਣੀ ਹੋਈ ਮੁੰਜ ਦੀ ਮੰਜੀ ਦੀਆਂ ਕਈ ਥਾਈਂ ਟੁੱਟ ਕੇ ਲਮਕਦੀਆਂ ਰੱਸੀਆਂ ਹਵਾਲਾਤੀ ਮਾਹੌਲ ਦੀ ਨੀਰਸਤਾ ਵਿੱਚ ਵਾਧਾ ਕਰਦੀਆਂ ਨੇ ਔਰ ਥੂਥਾ ਬਾਂਸ ਵੱਢ ਕੇ ਪਾਇਆ ਹੋਇਆ ਸਿਰਾਣੇ ਵਾਲ ਦਾ ਸੇਰੂਆ ਆਪਣੀ ਇੱਕੋ ਸੱਖਣੀ ਅੱਖ ਨਾਲ ਵੇਖ ਰਿਹਾ ਹੈ ਅਤੇ ਢਿਲਕੀਆਂ ਹੋਈਆਂ ਚੂਲਾਂ ਅਤੇ ਕੁਝ ਟੇਢੇ ਹੋਏ ਪਾਵੇ ਸ਼ਾਇਦ ਉਸ ਸਮੇਂ ਦੇ ਅੰਗਰੇਜ਼ ਸਾਮਰਾਜ ਦੀ ਹਾਲਤ ਦੇ ਪ੍ਰਤੀਕ ਨੇ। ਸੋ ਇਸ ਤਸਵੀਰ ਦਾ ਅਗਲਾ ਵੇਰਵਾ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਰੁਕਦੇ ਹਾਂ ਇੱਕ ਵਕਫੇ ਲਈ। ਇਸ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਹਿਸਟਰੀ ਵਿੱਚ ਔਰ ਅਸੀਂ ਬ੍ਰੇਕ ਤੋਂ ਪਹਿਲਾਂ ਮੰਜੇ 'ਤੇ ਬੈਠੇ ਭਗਤ ਸਿੰਘ ਦੀ ਤਸਵੀਰ ਦਾ ਇੱਕ ਬਰੀਕ ਵਿਸਥਾਰ ਅਸਲ ਹਕੀਕਤ ਪੇਸ਼ ਕਰ ਰਹੇ ਸੀ। ਅਸੀਂ ਦੱਸ ਰਹੇ ਸੀ ਕਿ ਮੰਜੇ ਦੇ ਪੁਆਂ ਦੇ ਬਰਾਬਰ ਇੱਕ ਵੱਡੇ ਦਰਖਤ ਦਾ ਮੋਟਾ ਪੋਰਾ ਹੈ ਅਤੇ ਦਰਖਤ ਕੋਲ ਇੱਕ ਵੇਲ ਦਾ ਹੇਠਲਾ ਨਿਪੱਤਰਾ ਹਿੱਸਾ ਹੈ ਔਰ ਦਰਖਤ ਅਤੇ ਵੇਲ ਦੀ ਹਰਿਆਲੀ ਫੋਟੋ ਫਰੇਮ ਦੇ ਉਤਾਂ ਰਹਿ ਗਈ ਹੈ। ਦਰਖਤ ਅਤੇ ਮੰਜੀ ਦੇ ਵਿਚਕਾਰ ਬੈਂਤ ਦੀ ਬੁਣੀ ਹੋਈ ਲੱਕੜ ਦੀ ਬਾਹਾਂ ਵਾਲੀ ਭਾਰੀ ਕੁਰਸੀ 'ਤੇ ਵਡੇਰੀ ਉਮਰ ਦਾ ਇੱਕ ਆਦਮੀ ਬੈਠਾ ਹੋਇਆ ਹੈ। ਸਧਾਰਨ ਜਿਹੀ ਬੰਨੀ ਹੋਈ ਇਹ ਸਫੈਦ ਪਗੜੀ, ਸਫੈਦ ਕੁੜਤਾ ਅਤੇ ਸਫੈਦ ਪੋਠੋਹਾਰੀ ਸਲਵਾਰ, ਫੀਤਿਆਂ ਵਾਲੇ ਬੇਪਾਲਿਸ਼ ਪੁਰਾਣੇ ਬੂਟ, ਹੱਥ ਦੀਆਂ ਉਂਗਲਾਂ ਇੱਕ ਦੂਜੇ ਵਿੱਚ ਫਸਾਈਆਂ ਹੋਈਆਂ, ਖੁੱਲ੍ਹੀ ਛੱਡੀ ਹੋਈ ਲਗਭਗ ਧੌਲੀ ਦਾੜ੍ਹੀ ਔਰ ਸ਼ਹੀਦ ਭਗਤ ਸਿੰਘ ਅਧੂਰੀ ਤਸਵੀਰ ਵਿੱਚ ਕਿਸੇ ਵਿਅਕਤੀ ਨਾਲ ਗੱਲ ਕਰਦਾ ਦਿਸਦਾ, ਇਹ ਕੋਈ ਧਾਰਮਿਕ ਪੁਰਸ਼ ਲੱਗਦਾ ਹੈ। ਗੁਰਬਚਨ ਸਿੰਘ ਭੁੱਲਰ ਆਪਣੇ ਭਾਈਆ ਜੀ ਨੂੰ ਆਖਦਾ ਹੈ, ਉਹਦਾ ਇਹ ਆਖਣਾ ਸੁਭਾਵਿਕ ਸੀ ਕਿਉਂਕਿ ਪਹਿਲੀਆਂ ਵਿੱਚ ਇਹ ਵੀ ਪ੍ਰਚਾਰਿਆ ਗਿਆ ਸੀ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਨਾਲ ਬੈਠਾ ਬਜ਼ੁਰਗ ਭਾਈ
रणधीर सिंह है तो यह सुन के वह भाइया मिलखा सिंह निजर होना ने कहा नहीं भुल्लर ये कोई धार्मिक पुरश नहीं मैं इनू चंगी तरह जानदा दरअसल CID का DSP गोपाल सिंह है तो नशहरुआ पन्नुआ पिंड का रहने वाला है और सराणे वाल गोपाल सिंह पन्नू की कुर्सी वर्गी एक होर कुर्सी खाली पई हुई है शायद पुछगिछ विच शामिल एक होर अधिकारी उठ के किधरे चला गया जां शामिल होने लई आउण वाला होवे और ये तस्वीर किस मौके दी और इस सवाल के जवाब विच मिलखा सिंह निजर हुणां ने दस्या कि ये तस्वीर 1927 दी है नौजवान भारत सभा दीयां सरगर्मियां उस समय लगातार तेज़ हो रही सी और भगत सिंह नूं इसे कारण पुछगिछ लई फड़िया गया सी अते लाहौर दी रेलवे स्टेशन नेड़ली हवालात विच 3 हफ्ते दे करीब रख्या गया सी और हवालात दे पिछले विड़े विच दरख्त लगा होया सी और उस दरख्त हेठ उस तो कई वार पुछगिछ की गई सी Shahid-e-Azam Bhagat Singh दे ढिले जूड़े नंगे पैरां अते खास करके पाटे हुए वट्टो वट कमीज़ दा जिक्र करदिया जदों निजर कोलो भगत सिंह नूं कीती गई कुटमार बारे पुछया गया तो उहदा कहना सी कि नहीं उस समय वो किसे विशेष दोष कार नहीं सी फड़िया गया सरकार नौजवान लहर दियां अते भगत सिंह दियां संभावनावां तो डरदी सी ते उस मौके उसनूं कुटिया मारिया नहीं सी गया हाँ पुछगिछ वार वार हुई सी ते फिर Shahid-e-Azam Bhagat Singh नूं पुछगिछ तो बाहर छड़ दिता गया सी और उस समय यह तस्वीर खिंची गई सी सो इस तस्वीर बारे थोड़ा जिहा होर जानदे आ दरअसल पहला मंजे ते बैठे शहीद भगत सिंह दी तस्वीर दी जो हकीकत है उहदे विच भाइया मिलखा सिंह निजर हुणी गुरबचन सिंह भुल्लर होणा नूं दस रहे ने कि उहनां दी गल विच सच्चाई है भी सी या नहीं पर भाइया निजर हुणा ने इस सारी जानकारी दा आधार भी दस्या ठोस आधार दरअसल वो गुरु के बाग दे मोर्चे समय अगस्त 1922 तो फरवरी 1923 तक मिंट गुमरी कैंप जेल विच कैद कट चुके सी ते दुबारा वो बब्बर अकाली लहर विच गिरफ्तार होए सी और हाई कोर्ट ने 19 जनवरी 1926 नूं उन्हां नूं बरीता कर दिता पर अपने पिंड विच नज़रबंदी का हुक्म सुना दिता और फिर 1927 विच जदों श्रोमणी गुरद्वारा कमेटी के विरुद्ध बगावती सरगर्मी कारण साजिश केस बनिया तो निजर हुणा नूं कमेटी के पक्ष विच गवाही देने लई DC सदर की मार्फत तलब किया गया सी और DC की चिट्ठी तो समन के नाल ही अहलमंद ने रख ली तो उधर लाहौर स्टेशन उत्ते टिकटा लै रहे निजर नूं CID दे हौलदार आत्मा सिंह ने पछाण लिया वो जानदा सी कि इन्हां नूं पिंड विच नज़रबंद किया गया है और लो जी कोई लिखती सबूत कोल ना होण कारण उसने इन्हां दी जुबानी गल उत्ते इतबार करन तो इनकार कर दिता और फिर इंज नज़रबंदी का घेरा तोड़न के दोष विच निजर हुणा नूं लाहौर की हवालात विच धक दिता गया और इन्हां नूं जिस कोठड़ी विच रख्या गया लो जी सबब नाल उसदे नाल वाली कोठड़ी विच भगत सिंह बंद सी और निजर हुणा नूं पड़ताल पूरी होण तक 2 हफ्ते उत्थे बंद रख्या गया फिर निजर हुणा ने दस्या कि उस समय मैं Shahid-e-Azam Bhagat Singh नूं कई वार पुछगिछ लई उत्थे बैठिया अपनिया अखां नाल वेख्या सी उन्हां ये भी कहा कि भगत सिंह उस समय अजे प्रसिद्ध नहीं सी होया मैनूं ये भी नहीं पता सी कि वो किस दोष विच फड़िया गया है और एक बार हवालात विच गल करन दा मौका मिलदिया मैं ये सोहना
ਸੂਖਮ ਜਿਹਾ ਮੁੰਡਾ ਵੇਖ ਕੇ ਆਖਿਆ, ਉਹਨੂੰ ਪੁੱਛਿਆ ਕਿ ਚੰਮ ਬੜਾ ਲਾਉਂਦੇ ਹੁੰਦੇ ਨੇ, ਕੁੱਟਦੇ ਮਾਰਦੇ ਬਹੁਤ ਹੁੰਦੇ ਨੇ ਜੇਲ੍ਹ ਦੇ ਵਿੱਚ, ਜਵਾਨਾਂ ਤੂੰ ਕਿਸ ਕਾਰਨ ਫਸਿਆ? ਅਤੇ ਅੱਗੋਂ ਭਗਤ ਸਿੰਘ ਨੇ ਆਪਣੀ ਬਾਂਹ ਸਾਹਮਣੇ ਕਰਦਿਆਂ ਕਿਹਾ, ਆ ਚਮੜੀ ਸਾੜ ਕੇ ਵੇਖ ਲਈ ਹੈ, ਇਸ ਨਾਲੋਂ ਬਹੁਤੀ ਤਕਲੀਫ ਤਾਂ ਨਹੀਂ ਨਾ ਹੋਣ ਲੱਗੀ? ਲਓ ਜੀ, ਇਹ ਸੁਣ ਕੇ ਨਿੱਜਰ ਹੋਣਾ ਕਿਹਾ, ਉਸ ਨਾਲ ਮੇਰੀ ਇਹ ਗੱਲਬਾਤ ਅਜੇ ਵੀ ਮੇਰੇ ਕੰਨਾਂ ਦੇ ਵਿੱਚ ਗੂੰਜ ਰਹੀ ਹੈ। ਸੋ ਇਸ ਤੋਂ ਬਾਅਦ ਅੱਗੇ ਕੀ ਹੁੰਦਾ ਹੈ ਜੀ, ਉਹ ਵੀ ਜਾਣਦੇ ਹਾਂ, ਪਰ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਪ੍ਰਾਈਮ ਹਿਸਟਰੀ ਵਿੱਚ। ਔਰ ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਇਸ ਤਸਵੀਰ ਦੀ ਜਿਹੜੀ ਹਕੀਕਤ ਹੈ ਉਹ ਤੁਹਾਡੇ ਨਾਲ ਬਿਆਨ ਕਰ ਰਹੇ ਹਾਂ। ਔਰ ਇਸ ਬ੍ਰੇਕ ਤੋਂ ਪਹਿਲਾਂ ਅਸੀਂ ਦੱਸਿਆ ਕਿ ਮਿਲਖਾ ਸਿੰਘ ਨਿੱਜਰ ਅਤੇ ਭਗਤ ਸਿੰਘ ਇੱਕੋ ਵੇਲੇ ਉਸ ਹਵਾਲਾਤ ਵਿੱਚ ਰਹੇ ਜਿੱਥੇ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਵਾਣ ਦੇ ਮੰਜੇ 'ਤੇ ਬੈਠੇ ਦੀ ਇਹ ਤਸਵੀਰ ਲਈ ਗਈ ਸੀ। ਭਗਤ ਸਿੰਘ ਨਿੱਜਰ ਹੁਣਾਂ ਨਾਲੋਂ ਪਹਿਲਾਂ ਹਵਾਲਾਤ ਵਿੱਚ ਆਇਆ ਸੀ ਅਤੇ ਹਫ਼ਤਾ ਕੁ ਪਹਿਲਾਂ ਹੀ ਛੱਡ ਦਿੱਤਾ ਗਿਆ ਸੀ। ਔਰ ਨਿੱਜਰ ਹੁਣੀ ਕਹਿਣ ਲੱਗੇ ਕਿ ਜਾਂਦਾ ਹੋਇਆ ਭਗਤ ਸਿੰਘ ਮੈਨੂੰ ਮਿਲ ਕੇ ਗਿਆ। ਔਰ ਇਹਨਾਂ ਦਿਨਾਂ ਵਿੱਚ ਉਸਦੀ ਦੇਸ਼ ਭਗਤੀ, ਦ੍ਰਿੜਤਾ ਅਤੇ ਦਲੇਰੀ ਨੇ ਮੈਨੂੰ ਬੜਾ ਹੀ ਪ੍ਰਭਾਵਿਤ ਕੀਤਾ ਸੀ। ਲਓ ਜੀ, ਫਿਰ ਉਹਨਾਂ ਦੀ ਗੱਲ ਸੁਣ ਰਹੇ ਗੁਰਬਚਨ ਸਿੰਘ ਭੁੱਲਰ ਨੇ ਉਤਾਵਲਾ ਹੋ ਕੇ ਪੁੱਛਿਆ, ਪਰ ਭਾਈਆ ਜੀ, ਇਹ ਤਸਵੀਰ ਤੁਹਾਡੇ ਹੱਥ ਕਿਵੇਂ ਲੱਗੀ, ਕਦੋਂ ਲੱਗੀ ਅਤੇ ਕਿੱਥੋਂ ਲੱਗੀ? ਲਓ ਜੀ, ਫਿਰ ਭਾਈਆ ਨਿੱਜਰ ਹੁਣੀ ਬੋਲੇ, ਲੈ ਵੀ ਸੁਣ। ਉਹਨਾਂ ਇੱਕ ਵਾਰ ਫਿਰ ਤਸਵੀਰ ਵੱਲ ਗੌ ਨਾਲ ਵੇਖਦਿਆਂ ਕਿਹਾ, ਭੁੱਲਰ, ਇਹ ਗੱਲ 1930 ਦੀ ਹੈ। ਮੈਂ ਉਹਨੇ ਦਿਨੀ ਵਕੀਲ ਰਘੂਨਾਥ ਸਹਾਏ ਕੋਲ ਮੁਨਸ਼ੀ ਵਜੋਂ ਕੰਮ ਕਰ ਰਿਹਾ ਸੀ। ਉਹ ਪਹਿਲਾਂ ਸਾਡੇ ਬੱਬਰਾਂ ਦੇ ਮੁਕੱਦਮੇ ਲੜ ਚੁੱਕਾ ਸੀ ਅਤੇ ਹੁਣ ਸਾਂਡਰਸ ਕੇਸ ਨਾਲ ਸੰਬੰਧਿਤ ਵਕੀਲ ਮੰਡਲੀ ਵਿੱਚੋਂ ਇੱਕ ਸੀ। ਅਤੇ ਇੱਕ ਦਿਨ ਅਸੀਂ ਮਿਸਲਾਂ ਦੀ ਘੋਖ ਲਈ ਗਏ। ਇੱਕ ਫਾਈਲ ਦੇ ਵਿੱਚ ਇਹ ਤਸਵੀਰ ਲੱਗੀ ਹੋਈ ਸੀ ਔਰ ਲਾਹੌਰ ਦੀ ਹਵਾਲਾਤ ਦੇ ਵਿਹੜੇ ਵਿੱਚ ਸਰਦਾਰ ਭਗਤ ਸਿੰਘ ਦੀ ਪੁੱਛ ਗਿੱਛ ਦਾ ਉਹ ਦ੍ਰਿਸ਼ ਜੋ ਕਿ ਮੇਰੀ ਕੋਠੜੀ ਵਿੱਚੋਂ ਦਿਸਦਾ ਹੁੰਦਾ ਸੀ, ਮੈਂ ਝੱਟ ਪਛਾਣ ਲਿਆ ਕਿ ਇਹ ਤਾਂ ਉਸ ਸਮੇਂ ਦੀ ਤਸਵੀਰ ਹੈ ਅਤੇ ਉਸ ਨੌਜਵਾਨ ਦੀ ਤਸਵੀਰ ਹੈ। ਉਸ ਸਮੇਂ ਸਰਕਾਰ ਨੇ ਚੋਰੀ ਇਹ ਤਸਵੀਰ ਲਾ ਕੇ ਆਪਣੀ ਫਾਈਲ ਦੇ ਵਿੱਚ ਰੱਖ ਲਈ ਸੀ। ਭਗਤ ਸਿੰਘ ਦੀ ਉਸ ਸਮੇਂ ਦੀ ਪ੍ਰਸਿੱਧੀ ਵੱਲ ਅਤੇ ਸਾਂਡਰਸ ਕੇਸ ਵੱਲ ਵੇਖਦਿਆਂ ਮੈਨੂੰ ਫੁਰਨਾ ਫੁਰਿਆ ਕਿ ਇਹ ਤਾਂ ਬਹੁਤ ਅਹਿਮ ਤਸਵੀਰ ਹੈ। ਮੈਂ ਅੱਗਾ ਪਿੱਛਾ ਵੇਖ ਕੇ ਇਹ ਤਸਵੀਰ ਫਾਈਲ ਵਿੱਚੋਂ ਖਿੱਚ ਕੇ ਆਪਣੇ ਪਜਾਮੇ ਦੇ ਨੇਫੇ ਵਿੱਚ ਟੁੰਗ ਲਈ। ਮਿਸਲਾਂ ਦੇਖ ਕੇ ਬਾਹਰ ਨਿਕਲਣ ਸਮੇਂ ਹੁਕਮ ਤਾਂ ਤਲਾਸ਼ੀ ਲੈਣ ਦਾ ਸੀ, ਪਰ ਰੋਜ਼ ਦਾ ਵਾਹ ਹੋਣ ਕਰਕੇ ਉਹ ਜੇਬਾਂ ਦੇ ਖੀਸੇ ਟੋ ਕੇ ਬਸ ਕਾਰਵਾਈ ਜਿਹੀ ਪੂਰੀ ਕਰ ਲੈਂਦੇ ਸੀ। ਔਰ ਇਹ ਸਾਰਾ ਵੇਰਵਾ ਸਾਂਝਾ ਕਰਨ ਤੋਂ ਬਾਅਦ ਨਿੱਜਰ ਸਾਹਿਬ ਇੱਕਦਮ ਉਦਾਸ ਹੋ ਗਏ। ਉਹ ਕਹਿਣ ਲੱਗੇ ਕਿ ਫਿਰ ਉਸ ਤੋਂ ਬਾਅਦ ਅਗਲੇ ਸਾਲ ਉਸ ਦੇਸ਼ ਭਗਤ ਹੀਰੇ ਭਗਤ ਸਿੰਘ ਨੂੰ ਫਾਂਸੀ ਹੋ ਗਈ ਅਤੇ ਇਹ ਤਸਵੀਰ ਮੈਂ ਆਪਣੇ ਘਰ ਲੁਕਾ ਛੱਡੀ। ਭਾਈਆ ਮਿਲਖਾ ਸਿੰਘ ਨਿੱਜਰ ਨੇ ਕੇਵਲ ਇਹ ਤਸਵੀਰ ਬਾਹਰ ਲੈ ਕੇ ਆਉਣ ਦਾ ਸ਼ੁਭ ਕਾਰਜ ਨਹੀਂ ਕੀਤਾ, ਉਹਨਾਂ ਵਕੀਲ ਰਘੂਨਾਥ ਸਹਾਏ ਦੇ ਦਫ਼ਤਰ ਵਿੱਚ ਦੋ ਵੱਡ ਅਕਾਰੀ ਜਿਲਦਾਂ ਦੇ ਰੂਪ ਵਿੱਚ ਪਈਆਂ ਬੱਬਰ ਅਕਾਲੀ ਕੇਸ ਦੇ ਅੰਗਰੇਜ਼ੀ ਵਿੱਚ ਛਪੇ ਹੋਏ ਮੁਕੰਮਲ ਰਿਕਾਰਡ ਦੀਆਂ ਕਾਪੀਆਂ ਵਿੱਚੋਂ ਇੱਕ ਕਾਪੀ ਵੀ ਲਿਆ ਕੇ ਸਾਂਭ ਲਈ ਸੀ। ਮਗਰੋਂ ਉਹਨਾਂ ਬੱਬਰ ਲਹਿਰ ਵਿੱਚ ਸ਼ਾਮਿਲ ਰਹੇ ਹੋਣ ਕਰਕੇ ਆਪਣੀਆਂ ਯਾਦਾਂ ਅਤੇ ਇਸ ਰਿਕਾਰਡ ਦੇ ਆਧਾਰ ਉੱਤੇ ਬੱਬਰ ਅਕਾਲੀ ਲਹਿਰ ਦਾ ਇੱਕ ਪ੍ਰਮਾਣਿਕ ਇਤਿਹਾਸ ਵੀ ਲਿਖਿਆ ਸੀ। ਸੋ ਦੋਸਤੋ, ਇਹ ਸੀ ਇਸ ਤਸਵੀਰ ਦੀ ਹਕੀਕਤ ਜੋ ਕਿ ਬਹੁਤ ਜ਼ਿਆਦਾ ਪ੍ਰਚਲਿਤ ਹੋਈ। ਦਰਅਸਲ ਸ਼ਹੀਦੇ ਆਜ਼ਮ ਭਗਤ ਸਿੰਘ ਨੂੰ ਵੀ ਇਸ ਤਸਵੀਰ ਦਾ ਨਹੀਂ ਸੀ ਪਤਾ ਕਿ ਇਹ ਤਸਵੀਰ ਚੋਰੀ ਖਿੱਚੀ ਗਈ ਸੀ।
ਔਰ ਗੱਲ ਮਿਲਖਾ ਸਿੰਘ ਨਿੱਜਰ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਤਸਵੀਰ ਸਰਕਾਰੀ ਰਿਕਾਰਡ ਵਿੱਚੋਂ ਚੁਰਾ ਕੇ ਕੋਲ ਰੱਖਣ ਤੱਕ ਪਹੁੰਚੀ ਅਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹਨਾਂ ਇਹ ਤਸਵੀਰ ਭਗਤ ਸਿੰਘ ਦੇ ਪਰਿਵਾਰ ਨੂੰ ਕਦੋਂ ਦਿੱਤੀ ਤਾਂ ਉਹਨਾਂ ਨੇ ਦੱਸਿਆ ਕਿ ਇਹ 1950 ਦੀ ਗੱਲ ਹੈ। ਸ਼ਹੀਦੇ ਆਜ਼ਮ ਭਗਤ ਸਿੰਘ ਦੇ ਭਰਾ ਕੁਲਬੀਰ ਸਿੰਘ ਇੱਕ ਦਿਨ ਆਦਮਪੁਰ ਦੁਆਬਾ ਦੇ ਬੱਸ ਅੱਡੇ ਵਿੱਚ ਖੜੋਤੇ ਸੀ। ਮੈਂ ਉਹਨਾਂ ਨੂੰ ਜਾਣਦਾ ਸੀ ਪਰ ਉਹ ਮੈਨੂੰ ਨਹੀਂ ਸੀ ਜਾਣਦੇ। ਮੈਂ ਆਪਣੀ ਪਛਾਣ ਦੱਸ ਕੇ ਉਹਨਾਂ ਨੂੰ ਇਸ ਤਸਵੀਰ ਬਾਰੇ ਦੱਸਿਆ ਅਤੇ ਮਗਰੋਂ ਇਸ ਦੀ ਇੱਕ ਕਾਪੀ ਕਰਵਾ ਕੇ ਉਹਨਾਂ ਤੱਕ ਪੁੱਜਦੀ ਕਰ ਦਿੱਤੀ ਅਤੇ ਉੱਥੋਂ ਫਿਰ ਇਹ ਅੱਗੇ ਪ੍ਰਚਲਿਤ ਹੋ ਗਈ। ਸੋਵੀਅਤ ਦੂਤਾਵਾਸ ਦੇ ਸੂਚਨਾ ਵਿਭਾਗ ਵਿੱਚ ਕੰਮ ਕਰਨ ਸਮੇਂ ਇੱਕ ਦਿਨ ਲੇਖਕ ਗੁਰਬਚਨ ਸਿੰਘ ਭੁੱਲਰ ਆਪਣੇ ਇੱਕ ਸਹਿਕਰਮੀ ਮਿੱਤਰ ਦੇ ਕਮਰੇ ਵਿੱਚ ਗਿਆ ਤਾਂ ਉੱਥੇ ਇੱਕ ਓਪਰੇ ਸੱਜਣ ਬੈਠੇ ਸੀ। ਭੁੱਲਰ ਦੇ ਮਿੱਤਰ ਨੇ ਉਹਨਾਂ ਦੀ ਜਾਣ ਪਛਾਣ ਕਰਵਾਈ। ਉਹ ਭਗਤ ਸਿੰਘ ਦੇ ਭਰਾਤਾ ਕੁਲਬੀਰ ਸਿੰਘ ਸੀ ਔਰ ਮਿਲਖਾ ਸਿੰਘ ਨਿੱਜਰ ਦੀ ਦੱਸੀ ਹੋਈ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਤਸਵੀਰ ਦੀ ਕਹਾਣੀ ਇੱਕਦਮ ਗੁਰਬਚਨ ਸਿੰਘ ਭੁੱਲਰ ਹੋਣਾ ਦੇ ਚੇਤੇ ਵਿੱਚ ਸੱਜਰੀ ਹੋ ਗਈ। ਉਹਨਾਂ ਸੋਚਿਆ ਕਿ ਕੁਲਬੀਰ ਸਿੰਘ ਤੋਂ ਵੀ ਉਸ ਤਸਵੀਰ ਬਾਰੇ ਪੁੱਛ ਲੈਣਾ ਚਾਹੀਦਾ ਹੈ ਕਿ ਭਾਈਆ ਨਿੱਜਰ ਹੋਣਾ ਨੇ ਸੱਚੀ ਹਕੀਕਤ ਦੱਸੀ ਸੀ। ਉਹਦਾ ਭਾਵ ਸੀ ਕਿ ਉਹਨਾਂ ਨੂੰ ਇਸ ਤਸਵੀਰ ਦੀ ਪ੍ਰਾਪਤੀ ਦਾ ਵਸੀਲਾ ਚੇਤੇ ਵੀ ਸੀ ਕਿ ਨਹੀਂ। ਲਓ ਜੀ, ਕੁਲਬੀਰ ਸਿੰਘ ਬੋਲੇ ਕਿ ਹਾਂ, ਇਹ ਤਸਵੀਰ ਸਾਨੂੰ ਮਿਲਖਾ ਸਿੰਘ ਨਿੱਜਰ ਹੋਣਾ ਤੋਂ ਹੀ ਪ੍ਰਾਪਤ ਹੋਈ ਸੀ ਅਤੇ ਇਸ ਖਾਤਰ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹਾਂ। ਦੋਸਤੋ, ਇਹ ਤਾਂ ਸੀ ਇਸ ਤਸਵੀਰ ਦੀ ਪ੍ਰਾਪਤੀ ਦੀ ਅਸਲ ਹਕੀਕਤ। ਜਦਕਿ ਉਸ ਗੱਲ ਵਿੱਚ ਕੋਈ ਸੱਚਾਈ ਨਹੀਂ ਕਿ ਤਸਵੀਰ CID ਦੇ ਇੰਸਪੈਕਟਰ ਗੋਪਾਲ ਸਿੰਘ ਪੰਨੂ ਜਾਂ ਉਹਦੇ ਪਰਿਵਾਰ ਨੇ ਲੱਭ ਕੇ ਦਿੱਤੀ ਹੋਵੇ। ਹੁਣ ਗੱਲ ਕਰਦੇ ਹਾਂ ਇਸ ਦੂਸਰੀ ਟੋਪ ਵਾਲੀ ਤਸਵੀਰ ਦੀ, ਜਿਹੜੀ ਸਭ ਤੋਂ ਵੱਧ ਮਕਬੂਲ ਲੋਕਪ੍ਰਿਯ ਹੋਈ ਹੈ। ਆਪਣੀ ਜ਼ਿੰਦਗੀ ਅਤੇ ਕੁਰਬਾਨੀ ਸਦਕਾ ਭਗਤ ਸਿੰਘ ਆਮ ਬੰਦੇ ਦੇ ਆਪਣੇ ਵਰਗਾ ਹੁੰਦਿਆਂ ਵੀ ਇੰਨਾ ਕੁ ਵੱਖਰਾ ਜ਼ਰੂਰ ਹੈ, ਜਿਸ ਤੋਂ ਅਹਿਸਾਨਮੰਦੀ, ਇੱਜ਼ਤ ਅਤੇ ਸ਼ਰਧਾ ਸ਼ੁਰੂ ਹੁੰਦੀ ਹੈ। ਢਾਬਿਆਂ ਅਤੇ ਨਾਈਆਂ ਦੀਆਂ ਹੱਟੀਆਂ ਵਿੱਚ ਲਟਕਦੇ ਕੈਲੰਡਰਾਂ, ਟਰੱਕਾਂ ਦੀਆਂ ਬਾਰੀਆਂ ਅਤੇ ਰਿਕਸ਼ਿਆਂ ਦੇ ਪਿਛਾੜੀ, ਮੇਲਿਆਂ ਵਿੱਚ ਵਿਕਦੇ ਕਿੱਸਿਆਂ ਚਿੱਠਿਆਂ ਅੱਗੇ ਭਗਤ ਸਿੰਘ ਦੀ ਇਹ ਟੋਪ ਵਾਲੀ ਮੂਰਤ ਸਾਨੂੰ ਆਮ ਹੀ ਨਜ਼ਰ ਆਉਂਦੀ ਰਹੀ ਹੈ। ਭਾਵੇਂ ਕਿ ਹੁਣ ਪੀਲੀ ਪੱਗ ਵਾਲੀ ਨਕਲੀ ਫੋਟੋ ਵੱਧ ਪ੍ਰਚਲਿਤ ਹੋ ਗਈ ਹੈ। ਕੁੜੀਆਂ ਇਸ ਟੋਪ ਵਾਲੀ ਇਸ ਮੂਰਤ ਦਾ ਕਸੀਦਾ ਕੱਢਦੀਆਂ ਰਹੀਆਂ ਨੇ। ਟੋਪ ਅਤੇ ਮੁੱਛਾਂ ਨੂੰ ਛੱਡ ਕੇ ਹਰ ਮੂਰਤ ਵਿੱਚ ਨੈਣ ਨਕਸ਼ਿਆਂ ਵਿੱਚ ਪਿਆ ਫਰਕ ਜਾਂ ਤਾਂ ਮੂਰਤ ਨੂੰ ਸੋਝਾ ਬਣਾ ਦਿੰਦਾ ਹੈ ਅਤੇ ਜਾਂ ਕੋਝਾ, ਪਰ ਇਹਦਾ ਸੁਨੇਹਾ ਕਦੇ ਨਹੀਂ ਬਦਲਦਾ। ਇਹ ਆਦ ਜੁਗਾਦੀ ਜੋ ਹੋ ਗਿਆ ਹੈ। ਸੋ ਇਸ ਤਸਵੀਰ ਬਾਰੇ ਅਗਲੀ ਗੱਲ ਵੀ ਕਰਦੇ ਹਾਂ ਪਰ ਸਮਾਂ ਹੁਣ ਸਮਾਪਤੀ ਦਾ ਹੋ ਗਿਆ ਹੈ। ਸੋ ਅਗਲੇ ਪ੍ਰੋਗਰਾਮ ਤੱਕ ਤੁਸੀਂ ਉਡੀਕ ਰੱਖਣੀ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਔਰ ਵੇਖਦੇ ਰਹੋ Prime Asia TV, ਤੁਹਾਡਾ ਆਪਣਾ, ਤੁਹਾਡੇ ਲਈ। ਹੁਣ ਹਰ ਰੋਜ਼ ਆਪਣੇ ਫੇਵਰਿਟ ਸ਼ੋਅ ਦੇਖਣ ਲਈ ਹੋਵੇਗੀ ਭੱਜ ਨੱਠ, ਕਿਉਂਕਿ ਬ੍ਰਿਟ ਏਸ਼ੀਆ ਤੇ ਪ੍ਰਾਈਮ ਏਸ਼ੀਆ ਨੇ ਮਿਲਾ ਲਏ ਨੇ ਹੱਥ। ਹਰ ਰੋਜ਼ ਦੇਖੋ Prime Asia TV ਦੇ ਹਿੱਟ ਸ਼ੋਅਜ਼ ਹੁਣ ਬ੍ਰਿਟ ਏਸ਼ੀਆ TV ਤੇ। ਦੇਸ਼ ਦੁਨੀਆ ਦੀਆਂ ਖਬਰਾਂ ਲਈ ਪ੍ਰਾਈਮ ਨਿਊਜ਼ ਸਵੇਰੇ 7 ਵਜੇ, ਪ੍ਰਾਈਮ ਵੁਮਨ ਬੇਸਡ ਔਨ ਵੁਮਨਸ ਇਸ਼ੂਜ਼ ਸਵੇਰੇ 7:30 ਵਜੇ, ਕਲਚਰਲ ਸ਼ੋਅ ਵਿਦ ਮਿਊਜ਼ਿਕ ਪ੍ਰਾਈਮ ਜ਼ਿੰਦਗੀ ਸਵੇਰੇ 8 ਵਜੇ, ਰਿਲੀਜੀਅਸ ਇਸ਼ੂਜ਼ ਲਈ ਪ੍ਰਾਈਮ ਚਰਚਾ ਤੇ ਐਂਟਰਟੇਨਮੈਂਟ ਲਈ ਪ੍ਰਾਈਮ ਟਾਈਮ ਸਵੇਰੇ 9 ਵਜੇ, ਬੇਸਡ ਔਨ ਡੇਲੀ ਕਰੰਟ ਪੋਲੀਟੀਕਲ ਇਸ਼ੂਜ਼ ਪ੍ਰਾਈਮ ਫੋਕਸ ਸ਼ਾਮ 5 ਵਜੇ, ਜੱਜ ਦਾ ਵਿਚਾਰ ਮਿਊਜ਼ੀਕਲ ਕਾਮੇਡੀ ਸ਼ੋਅ ਐਂਡ ਇੰਟਰਵਿਊਜ਼ ਵਿਦ ਪੰਜਾਬੀ ਸਟਾਰਸ ਸ਼ਾਮ 6 ਵਜੇ, ਬੇਤੜਕ ਤੇ ਪੱਖਪਾਤ ਰਹਿਤ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ ਦਾ ਸ਼ੋਅ ਪ੍ਰਾਈਮ ਡਿਸਕਸ਼ਨ ਦੇਖੋ ਸ਼ਾਮ 7 ਵਜੇ, ਤੇ ਕੀ ਰਿਹਾ ਅਖਬਾਰਾਂ ਦੀਆਂ ਸੁਰਖੀਆਂ ਚ ਦੱਸਣਗੇ ਸਵਰਨ ਟੈਣਾ, ਖਬਰ ਦੀ ਖਬਰ ਸ਼ਾਮ 7:30 ਵਜੇ। ਸੋ 50 ਦੇ ਕਰੀਬ ਦੇਸ਼ਾਂ ਚ ਵਸਦੇ ਪੰਜਾਬੀਆਂ ਦੇ ਟੀਵੀ ਸੈਟਸ ਤੇ ਸਕਾਈ TV ਚੈਨਲ 743, ਵਰਜਨ TV ਚੈਨਲ 840,
ਪ੍ਰੀਵਿਊ ਚੈਨਲ ਨੰਬਰ 264 ਤੇ। ਬ੍ਰਿਟਿਸ਼ ਏਸ਼ੀਆ ਟੀਵੀ ਹੈ ਜਿੱਥੇ, ਪ੍ਰਾਈਮ ਏਸ਼ੀਆ ਟੀਵੀ ਹੈ ਉੱਥੇ।